ਜਦੋਂ ਟੈਲੈਂਟ 'ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ, ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ, ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ, ਨਾਕਾਮ ਨਹੀਂ ਹੋ ਸਕਦੇ। ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ? ਅੱਜ ਤੱਕ ਰਸਲੋ ਗਵਾਹੀ ਹੈ। ਲੋਕ ਆਪ ਹੀ ਗਾਣੇ ਗਾ ਕੇ ਆਪ ਹੀ ਨਸ਼ਾ ਛੁਡਾਊ ਕੇਂਦਰ ਵਾਲੇ ਬਣ ਜਾਂਦੇ ਨੇ, ਹਥਿਆਰਾਂ ਦੀ ਗੱਲ ਕਰਦੇ ਆ, ਮੈਂ ਵੀ ਮੰਨਦਾ ਕਰਦਾ, ਪਰ ਸਾਡਾ ਧਰਮ ਹਥਿਆਰਾਂ ਤੋਂ ਬਿਨਾਂ ਕੀ ਆ? ਠੀਕ ਹੈ ਨਾ ਜੀ, ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ 'ਤੇ ਹਵਾ ਕਰਨ ਲੱਗ, ਜਦੋਂ ਮਾੜੀ ਚੀਜ਼ ਆਪਦੇ ਲਈ ਵੀ ਤਾਂ ਦੂਜੇ ਲਈ ਵੀ। ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ, ਕਿਸੇ 'ਤੇ ਕੋਈ ਨੁਕਸਾਨ ਨਹੀਂ। ਤੁਸੀਂ ਅੱਜ ਕੱਲ੍ਹ ਇੱਕ ਬੜੀ ਕਾਮਨ ਜਿਹੀ ਚੀਜ਼ ਦੇਖਦੇ ਹੋਵੋਗੇ, ਹਥਿਆਰ ਵਾਲੇ ਗਾਣੇ ਹੋ ਗਏ ਜੀ, ਕਲਚਰ ਖਰਾਬ ਹੋ ਗਿਆ। ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ, ਉੱਧਰ ਵੈੱਬ ਸੀਰੀਜ਼ ਬਣ ਰਹੀਆਂ, ਉਹਨਾਂ 'ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ। ਜਿਹੜਾ ਹੀ ਕਹਿੰਦਾ ਵੀ ਮੇਰੇ ਕੋਲ ਮੈਂ ਹਥਿਆਰ ਲੈ ਕੇ ਮੈਂ ਮਾਰਤਾ, ਅਸੀਂ ਕਦੇ ਉਹ ਤੜੀ ਦਿਖਾਇਆ, ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ। ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਹਾਂ, ਸਾਡੇ ਨਾਲ ਤੁਰੋ। ਅਸੀਂ ਗਾਉਣੇ ਬੰਦ ਕਰਦੇ ਹਾਂ, ਲਾਇਸੈਂਸ ਬੰਦ ਕਰੋ, ਹਥਿਆਰ ਰੱਖਣੇ ਬੰਦ ਕਰੋ, ਦੇਸ਼ ਦੇ ਵਿੱਚ ਬੰਦ ਕਰੋ ਸਾਰਾ ਕੁਛ, ਠੇਕੇ ਬੰਦ ਕਰੋ, ਸਾਰਾ ਕੁਛ ਬੰਦ, ਅਸੀਂ ਵੀ ਕਰਦੇ ਹਾਂ। ਤੁਹਾਡਾ ਸੈਂਸਰ ਬੋਰਡ ਬੰਦ ਕਰੋ, ਜਿਹੜਾ ਸੈਂਸਰ ਕਰਕੇ ਭੇਜਦਾ ਵੀ ਆ ਗਾਦੇ, ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਜਣੇ, ਇੱਥੇ ਤੁਸੀਂ ਕਾਗਜ਼ਾਂ 'ਤੇ ਫੋਰਮੈਲਿਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ। ਨਾਲੇ ਇੱਕ ਇੱਕ ਸੋਚ ਹੈ, ਆਹ ਮੁੱਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ। ਮੈਂ